ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਤਿਆਂ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮੰਨ ਕੇ ਮੋਬੱਤੀਆਂ ਵੇਚਣ ਵਾਲਿਆਂ ਦੀ ਸੂਰਜ ਦੀ ਰੋਸ਼ਨੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਕਿਸੇ ਨਾ ਕਿਸੇ ਵੇਲੇ ਸਾਡੇ ਯੁੱਗ ਨੂੰ ਅਗਿਆਨਤਾ ਦਾ ਯੁੱਗ ਕਿਹਾ ਜਾਵੇਗਾ ਇਤਿਹਾਸ ਉਹਨਾਂ ਘਟਨਾਵਾਂ ਨੂੰ ਪੇਸ਼ ਕਰਦਾ ਹੈ ਜਿਹੜੀਆਂ ਮੁੜ ਵਾਪਰਨੀਆਂ ਨਹੀਂ ਹੁੰਦੀਆਂ। ਪੁਰਾਣੇ ਲੋਕਾਂ ਕੋਲ ਵਿਚਾਰਾਂ ਦੀ ਘਾਟ ਨਹੀਂ ਸੀ, ਸੰਚਾਰ ਸਾਧਨਾਂ ਦੀ ਘਾਟ ਸੀ। ਜ਼ਮਾਨਾ ਭਾਵੇਂ ਹਜ਼ਾਰ ਵਾਰ ਬਦਲੇ, ਮਨੁੱਖ ਦਾ ਬੁਨਿਆਦੀ ਸੁਭਾਅ ਉਹੀ ਰਹੇਗਾ। ਗਰੀਬ ਅਤੇ ਉਦਾਸ ਲੋਕ ਵੱਡੇ-ਵੱਡੇ ਦੁੱਖਾਂ ਨੂੰ ਵੀ ਧੀਰਜ ਨਾਲ ਸਹਿ ਲੈਂਦੇ ਹਨ। ਜੇ ਆਸ਼ਾਵਾਦੀ ਪ੍ਰਸੰਨ ਨਹੀਂ ਤਾਂ ਉਸ ਦੇ ਆਸ਼ਾਵਾਦ ਦਾ ਕੋਈ ਅਰਥ ਨਹੀਂ ਹੁੰਦਾ ਠੀਕ ਟੋਮ ਨਾਲ ਦੌੜ ਰਿਹਾ ਇੱਕ ਲੰਗੜਾ ਗਲਤ ਤਰੀਕੇ ਨਾਲ ਦੌੜ ਰਿਹਾ ਇੱਕ ਦੌੜਾਕ ਨੂੰ ਵੀ ਪਿੱਛੇ ਛੱਡ ਜਾਂਦਾ ਹੈ ਤੁਸੀਂ ਜਿੰਨਾ ਮਰਜ਼ੀ ਦੇਵੋ ਕੁਝ ਜ਼ਰੂਰ ਕਹਿਣਗੇ ਸਾਨੂੰ ਕੁਝ ਨਹੀਂ ਮਿਲਿਆ ਆਧੁਨਿਕਤਾ ਦੇ ਥੱਕਦਿਆਂ ਹੀ ਪਰੰਪਰਾ ਮੁੜ ਸਥਾਪਿਤ ਹੋ ਜਾਂਦੀ ਹੈ ਅਸੰਤੁਸ਼ਟਤਾ ਮਨ ਦਾ ਰੋਗ ਹੈ ਜਿਹੜਾ ਸਰੀਰ ਨੂੰ ਨਿਤਾਣਾ ਕਰ ਦਿੰਦਾ ਹੈ ਗਿਆਨ ਨੂੰ ਹਮੇਸ਼ਾ ਸਮੇਂ ਦੇ ਕਿਸੇ ਕਾਲ ਨਾਲ ਪ੍ਰਗਟਾਇਆ ਜਾਂਦਾ ਹੈ ਅਗਿਆਨਤਾ ਕਾਲ ਮੁਕਤ ਹੁੰਦੀ ਹੈ ਧਰਮ ਇੱਕ ਰੋਹਾਨੀ ਰਜੇਵਾ ਹੁੰਦਾ ਹੈ ਜਦੋਂ ਤੱਕ ਮਨੁੱਖ ਦੀ ਅਦਭੁਤ ਵਿੱਚ ਦਿਲਚਸਪੀ ਰਹੇਗੀ ਉਦੋਂ ਤੱਕ ਧਰਮ ਵੀ ਰਹੇਗਾ ਤਾਕਤਵਰ ਹੋਣ ਦੀ ਇੱਛਾ ਹੋਰਾਂ ਨਾਲ ਲੜਨ ਅਤੇ ਉਹਨਾਂ ਨੂੰ ਹਰਾਉਣ ਦੀ ਇੱਛਾਆਂ ਵਿੱਚ ਉਪਜਦੀ ਹੈ। ਪ੍ਰਮਾਤਮਾ ਨੇ ਇਸ ਸੰਸਾਰ ਵਿੱਚ ਸਾਨੂੰ ਸਾਡੀ ਮਰਜ਼ੀ ਪੁੱਛੇ ਬਿਨਾਂ ਭੇਜਿਆ ਹੈ। ਸੋ ਸਾਨੂੰ ਵਾਪਸ ਬੁਲਾਉਣ ਵੇਲੇ ਉਹ ਸਾਡੀ ਮਰਜ਼ੀ ਕਿਉਂ ਪੁੱਛੇਗਾ? ਜਿੱਥੇ ਆਰਥਿਕ ਬਰਾਬਰੀ ਹੋਵੇਗੀ, ਉੱਥੇ ਰਾਜਨੀਤਿਕ ਸੁਤੰਤਰਤਾ ਨਹੀਂ ਹੋਵੇਗੀ। ਜਿੱਥੇ ਰਾਜਨੀਤਿਕ ਸੁਤੰਤਰਤਾ ਹੋਵੇਗੀ ਉੱਥੇ ਆਰਥਿਕ ਬਰਾਬਰੀ ਨਹੀਂ ਹੋ ਸਕਦੀ ਜੇ ਸੰਸਾਰ ਦੀ ਸਾਰੀ ਦੌਲਤ ਸਾਰਿਆਂ ਵਿੱਚ ਬਰਾਬਰ ਵੰਡ ਦਿੱਤੀ ਜਾਵੇ ਤਾਂ ਕੰਮ ਕੌਣ ਕਰੇਗਾ ਕਿਉਂ ਕਰੇਗਾ ਕਾਣੀ ਵੰਡ ਧਨ ਦੀ ਨਹੀਂ ਗਿਆਨ ਦੀ ਹੈ ਆਜ਼ਾਦੀ ਦੇ ਅਰਥ ਜ਼ਿੰਮੇਵਾਰੀ ਮੰਨਣ ਤੋਂ ਹਨ ਨਿਰੋਲ ਪ੍ਰਸੰਨ ਕਰਮ ਜਾਂ ਨਿਰੋਲ ਭੰਡਨ ਦੇ ਉਦੇਸ਼ ਨਾਲ ਕੁਝ ਵੀ ਲਿਖਿਆ ਕਦੇ ਵੀ ਉੱਚੀ ਪੱਧਰ ਦਾ ਨਹੀਂ ਹੁੰਦਾ ਵਰਤਨ ਦੇ ਦੌਰਾਨ ਰੱਜ ਕੇ ਗੱਲਾਂ ਵੀ ਨਹੀਂ ਕੀਤੀਆਂ ਜਾ ਸਕਦੀਆਂ ਵਰਤ ਦੇ ਦੌਰਾਨ ਰੱਜ ਕੇ ਗੱਲਾਂ ਵੀ ਨਹੀਂ ਕੀਤੀਆਂ ਜਾ ਸਕਦੀਆਂ ਭਾਵੇਂ ਲੋਕ ਵੇਖ ਨਹੀਂ ਸਕਦੇ ਕਿ ਸਰਕਾਰ ਕਿਵੇਂ ਕੰਮ ਕਰਦੀ ਹੈ ਪਰ ਉਹ ਮਹਿਸੂਸ ਜ਼ਰੂਰ ਕਰਦੇ ਹਨ ਜੇ ਪ੍ਰਜਾ ਬਾਗੀ ਹੋਵੇਗੀ ਤਾਂ ਹਾਕਮ ਜ਼ਾਲਮ ਹੋਣਗੇ ਸੱਚ ਸਾਵਧਾਨੀ ਨਾਲ ਬੋਲਣਾ ਚਾਹੀਦਾ ਹੈ ਬੋਲਣ ਵਾਲੇ ਦੀ ਰੱਖਿਆ ਸੱਚ ਨਹੀਂ ਕਰੇਗਾ ਸਾਵਧਾਨੀ ਕਰੇਗੀ ਸਰੋਤੇ ਸਿਆਣੀਆਂ ਗੱਲਾਂ ਦੇ ਉਤਨੇ ਕਾਇਲ ਨਹੀਂ ਹੁੰਦੇ ਜਿੰਨੇ ਵਰਤੀ ਗਈ ਸ਼ੈਲੀ ਅਤੇ ਸ਼ਬਦਾਵਲੀ ਤੋਂ ਪ੍ਰਭਾਵਿਤ ਹੁੰਦੇ ਹਨ ਭ੍ਰਿਸ਼ਟਾਚਾਰ ਇਸ ਲਈ ਭੇੜਾ ਸਮਝਿਆ ਜਾਂਦਾ ਹੈ ਕਿਉਂਕਿ ਇਸ ਰਾਹੀਂ ਭੇੜੇ ਬੰਦੇ ਹਾਕਮ ਬਣ ਜਾਂਦੇ ਹਨ ਜਿਨ੍ਹਾਂ ਨੇਮਾ ਅਸੂਲਾਂ ਬਾਰੇ ਬਹਿਸ ਕੀਤੀ ਜਾਂਦੀ ਹੈ ਉਨ੍ਹਾਂ ਦੀ ਪਾਲਣਾ ਘੱਟ ਹੀ ਕੀਤੀ ਜਾਂਦੀ ਹੈ ਰਫ਼ਤਾਰ ਨਾਲੋਂ ਦਿਸ਼ਾ ਵਧੇਰੇ ਮਹੱਤਵਪੂਰਨ ਹੁੰਦੀ ਹੈ ਪਿਆਰ ਦੇ ਅਨੁਭਵ ਤੋਂ ਕੋਰਾ ਵਿਅਕਤੀ ਕੁਝ ਬਣ ਜਾਵੇ ਕਦੇ ਨਹੀਂ ਬਣ ਸਕਦਾ ਕਵਿਤਾ ਵਿੱਚ ਸਭ ਕੁਝ ਪ੍ਰਗਟਾਉਣਾ ਔਗਣ ਹੁੰਦਾ ਹੈ ਗੁਣ ਨਹੀਂ ਚੰਗੀ ਕਿਤਾਬ ਭਾਵੇਂ ਸਮਾਜ ਦੇ ਵਿਰੁੱਧ ਹੀ ਹੋਵੇ ਜੇ ਉਹ ਚੰਗੀ ਹੈ ਤਾਂ ਸਮਾਜ ਵਿੱਚ ਉਸ ਦਾ ਮੁੱਲ ਜ਼ਰੂਰ ਪਵੇਗਾ। ਪਰੰਪਰਾਵਾਂ ਨੂੰ ਪਰਵਰਤਨ ਦੇ ਲੜ ਲਾਉਣਾ ਚੰਗੇ ਸਮਾਜ ਦਾ ਲੱਛਣ ਹੁੰਦਾ ਹੈ। ਹਰ ਲੇਖਕ ਸ਼ਬਦਾਂ ਵਿੱਚ ਆਪਣੇ ਅਰਥ ਪਾਉਂਦਾ ਹੈ। ਹਰ ਪਾਠਕ ਸ਼ਬਦਾਂ ਵਿੱਚੋਂ ਆਪਣੇ ਅਰਥ ਕੱਢਦਾ ਹੈ। ਸਾਹਿਤਕਾਰ, ਕਲਾਕਾਰ ਸੁਭਾਅਕ ਹੀ ਚੁੱਪ ਰਹਿਣੇ ਹੁੰਦਿਆਂ ਨੇ ਕਿਉਂਕਿ ਉਹਨਾਂ ਨੇ ਆਪਣੀ ਗੱਲ ਸਾਹਿਤ ਅਤੇ ਕਲਾ ਦੀ ਭਾਸ਼ਾ ਵਿੱਚ ਕਰਨੀ ਹੁੰਦੀ ਹੈ। ਕਵਿਤਾ ਵਿੱਚ ਸ਼ਬਦਾਂ ਨੇ ਢੂੰਡ ਕੱਢਿਆ ਹੁੰਦਾ ਹੈ ਜਿਸ ਲੇਖਕ ਨੂੰ ਤੁਸੀਂ ਜਾਣਦੇ ਹੋ ਉਸ ਦੀ ਰਚਨਾ ਦਾ ਤੁਸੀਂ ਸਹੀ ਮੁੱਲ ਨਹੀਂ ਪਾ ਸਕਦੇ ਮਹਾਨ ਸਭੇਤਾਵਾਂ ਦੀ ਉਮਰ ਉਤਨੀ ਲੰਬੀ ਨਹੀਂ ਹੁੰਦੀ ਜਿੰਨੀ ਲੰਬੀ ਉਹਨਾਂ ਦੇ ਖੰਡਰਾਂ ਦੀ ਹੁੰਦੀ ਹੈ ਹਰ ਕਵੀ ਇੱਕ ਆਲੋਚਕ ਵੀ ਹੁੰਦਾ ਹੈ ਪਰ ਹਰ ਆਲੋਚਕ ਕਵੀ ਨਹੀਂ ਹੁੰਦਾ ਆਕਲ ਸਭ ਥਾਂ ਰਾਜ ਕਰਦੀ ਹੈ ਪਰ ਇਹ ਸਰਕਾਰ ਕਿਧਰੇ ਨਹੀਂ ਚਲਾ ਸਕਦੀ ਭੋਜਨ ਵਿੱਚ ਲੂਣ ਦੀ ਸਹੀ ਮਾਤਰਾ ਪੁਲਿਸ ਵਾਂਗ ਬਾਕੀ ਮਸਾਲਿਆਂ ਵਿੱਚ ਆਮਨ ਸ਼ਾਂਤੀ ਬਣਾਈ ਰੱਖਦੀ ਹੈ ਸਮਾਗਮ ਕੋਈ ਵੀ ਹੋਵੇ ਮਹਿਮਾਨ 50 ਕੋ ਹੀ ਹੁੰਦੇ ਹਨ ਬਾਕੀ ਭੀੜ ਹੁੰਦੀ ਹੈ ਪਾਠਕ ਭਾਸ਼ਾ ਤੋਂ ਵਿਚਾਰ ਵੱਲ ਵਧਦਾ ਹੈ ਲੇਖਕ ਵਿਚਾਰ ਤੋਂ ਭਾਸ਼ਾ ਵੱਲ ਵਧਦਾ ਹੈ ਜੋਰਪ ਅਮੀਰ ਹੈ ਇਸ ਕਰਕੇ ਚਰਚ ਵਿੱਚ ਅਮੀਰੀ ਨੂੰ ਨਿੰਦਿਆ ਨਹੀਂ ਜਾਂਦਾ ਅਧਿਆਪਕ ਦੇ ਗੁੱਸੇ ਹੋਣ ਦੀ ਹਾਲਤ ਵਿੱਚ ਬੱਚੇ ਨੂੰ ਸਜ਼ਾ ਦੇਣੀ ਜਾਇਜ਼ ਹੈ ਪਰ ਵਿਉਂਤ ਬਣਾ ਕੇ ਬੱਚੇ ਨੂੰ ਦਿੱਤੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ ਜੰਗ ਦੌਰਾਨ ਗੱਲਬਾਤ ਵੀ ਵਨਸਵਨਤਾ ਨਹੀਂ ਰਹਿੰਦੀ ਜੰਗ ਦੌਰਾਨ ਗੱਲਬਾਤ ਦੀ ਵਨਸਵਨਤਾ ਨਹੀਂ ਰਹਿੰਦੀ ਸਹਿਰਸ ਪਾਟੇ ਨਾਲ ਸਿਆਣੇ ਹੋਰ ਸਿਆਣੇ ਅਤੇ ਮੂਰਖ ਹੋਰ ਮੂਰਖ ਬਣ ਜਾਂਦੇ ਹਨ ਕਿਸੇ ਵੀ ਸਿਆਣੇ ਬਜ਼ੁਰਗ ਨੇ ਦੁਬਾਰਾ ਜਵਾਨ ਹੋਣ ਦੀ ਇੱਛਾ ਨਹੀਂ ਕੀਤੀ ਜੇ ਚੰਗੀ ਤਰ੍ਹਾਂ ਜੀਵਿਆ ਜਾਵੇ ਤਾਂ ਇੱਕ ਜੀਵਨ ਹੀ ਬਹੁਤ ਹੈ 100 ਸਾਲ ਦੀ ਉਮਰ ਹੋਣ ਮਗਰੋਂ ਮਿਲਣ ਵਾਲੇ ਹਰ ਕਿਸੇ ਨਾਲ ਇਤਨੀ ਲੰਬੀ ਉਮਰ ਦੀਆਂ ਹੀ ਗੱਲਾਂ ਹੁੰਦੀਆਂ ਹਨ ਨਮੀਆਂ ਕਾਢਾਂ ਜੀਵਨ ਨੂੰ ਦਿਲਚਸਪ ਬਣਾਉਂਦੀਆਂ ਹਨ ਨਮੀਆਂ ਕਾਢਾਂ ਰੁਕ ਜਾਣ ਤੇ ਜੀਵਨ ਦਾ ਪਦਾਰਤਕ ਨਿਗਾਰ ਆਰੰਭ ਹੋ ਜਾ ਜাবেਗਾ ਕਿਸੇ ਨੂੰ ਸਨੇਹ ਹਮਦਰਦੀ ਅਤੇ ਪਿਆਰ ਨਾਲ ਕਿਹੇ ਸ਼ਬਦ ਤੋਹਫੇ ਨਾਲੋਂ ਵੀ ਚੰਗੇਰਾ ਪ੍ਰਭਾਵ ਪਾਉਂਦੇ ਹਨ ਇੱਕੋ ਯਤਨ ਵਿੱਚ ਸਿਖਰ ਤੇ ਪੁੱਜ ਜਾਣ ਦੀ ਇੱਛਾ ਨੂੰ ਹਾਰ ਕਹਿੰਦੇ ਹਨ ਅੱਖਾਂ ਸਾਰਿਆਂ ਕੋਲ ਹੁੰਦੀਆਂ ਹਨ ਨੀਜ ਕਿਸੇ ਕਿਸੇ ਕੋਲ ਹੁੰਦੀ ਹੈ ਜੇਕਰ ਕੋਈ ਹਰ ਕਿਸੇ ਨਾਲ ਨੇ ਮਰਤ ਨਾਲ ਪੇਸ਼ ਆਉਂਦਾ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਸ ਕੋਲ ਵਕਤ ਹੀ ਵਕਤ ਹੈ ਸੁਧਾਰਨ ਇਸਤਰੀਆਂ ਦੀ ਦਿਲਚਸਪੀ ਗਹਿਰਿਆਂ ਤੋਂ ਅੱਗੇ ਨਹੀਂ ਜਾਂਦੀ ਕਿਸੇ ਨੂੰ ਧਿਆਨ ਨਾਲ ਸੁਣਨਾ ਉਸ ਤੋਂ ਆਪਣੀ ਗੱਲ ਮੰਨਵਾਉਣ ਦਾ ਪੱਕਾ ਢੰਗ ਹੁੰਦਾ ਹੈ ਜਿਸ ਕੰਮ ਵਿੱਚ ਸਾਰਿਆਂ ਨੂੰ ਘਾਟਾ ਪਵੇ ਉਸ ਨੂੰ ਵਪਾਰ ਨਹੀਂ ਕਿਹਾ ਜਾ ਸਕਦਾ ਜਿਸ ਚੀਜ਼ ਨੂੰ ਵਰਤਿਆ ਨਹੀਂ ਜਾਣਾ ਉਹ ਮੁਫਤ ਵਿੱਚ ਵੀ ਮਹਿੰਗੀ ਹੋਵੇਗੀ ਜੋ ਆਪ ਕਮਾ ਸਕਦੇ ਹੋ ਉਹ ਕਿਸੇ ਤੋਂ ਮੰਗੋ ਨਾ ਮੰਗਣਾ ਕਿਸੇ ਵੀ ਪੱਖੋਂ ਕਮਾਉਣ ਨਾਲੋਂ ਸੌਖਾ ਨਹੀਂ ਹੁੰਦਾ ਗੰਭੀਰ ਹਾਦਸੇ ਵਿੱਚੋਂ ਬਚ ਨਿਕਲਣ ਨਾਲੋਂ ਵੱਡਾ ਤੋਹਫਾ ਹੋਰ ਕੀ ਹੋ ਸਕਦਾ ਹੈ ਡਿਸਪਲਨ ਤੋਂ ਬਿਨਾ ਕੋਈ ਵੀ ਮਾਨਯੋਗ ਪ੍ਰਾਪਤੀ ਕਰਨੀ ਅਸੰਭਵ ਹੁੰਦੀ ਹੈ ਜੇ ਸਕੂਲ ਖੁੱਲਾ ਡੁੱਲਾ ਹੋਵੇ ਤਾਂ ਬੱਚਿਆਂ ਨੂੰ ਆਪਣਾ ਆਕਾਰ ਵਡੇਰਾ ਅਤੇ ਹਿਰਦਾ ਵਿਸ਼ਾਲ ਜਪਣ ਲੱਗ ਪੈਂਦਾ ਹੈ ਜਿਹੜੇ ਪਤੀ ਆਪਣੀਆਂ ਪਤਨੀਆਂ ਨੂੰ ਤੰਗ ਕਰਦੇ ਹਨ ਉਹ ਉਹਨਾਂ ਦੀ ਪ੍ਰਸੰਨ ਕਰਨ ਵਾਲੀ ਮਾਨਸਿਕ ਸੁੰਦਰਤਾ ਵੇਖਣ ਤੋਂ ਬਿਰਬੇ ਰਹਿ ਜਾਂਦੇ ਹਨ ਮਹਾਨ ਵਿਅਕਤੀਆਂ ਤੇ ਹਕੂਮਤ ਨਹੀਂ ਕੀਤੀ ਜਾ ਸਕਦੀ ਵਿਗਿਆਨ ਨੇ अनेका ਭਰਮ ਭਲੇਖੇ ਦੂਰ ਕੀਤੇ ਹਨ ਇਹ ਇਸ ਦੀ अनेਕਾਂ ਵਿੱਚੋਂ ਇੱਕ ਵੱਡੀ ਪ੍ਰਾਪਤੀ ਹੈ ਨਵੇਂ ਵਿਚਾਰ ਦੇਣ ਵਾਲਿਆਂ ਨੂੰ ਵਿਰੋਧਤਾ ਅਤੇ ਵਿਵਾਦ ਨਿੰਦਾ ਅਤੇ ਈਰਖਾ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਇਸਤਰੀਆਂ ਵਿਆਹ ਦਾ ਵਿਸ਼ਲੇਸ਼ਣ ਨਹੀਂ ਕਰਦੀਆਂ ਵਿਆਖਿਆ ਕਰਦੀਆਂ ਹਨ ਕਾਲਪਨਿਕ ਸੰਸਾਰ વાસ્તਵਿਕ ਦੁਨੀਆ ਨਾਲੋਂ ਬੜਾ ਵਿਸ਼ਾਲ ਹੁੰਦਾ ਹੈ ਗੁੱਸੇ ਦੀ ਹਾਲਤ ਵਿੱਚ ਮੂੰਹ ਲੋੜ ਨਾਲੋਂ ਵੱਧ ਖੁੱਲਣ ਕਾਰਨ ਅਤੇ ਅੱਖਾਂ ਬੰਦ ਹੋਣ ਕਰਕੇ ਕੁਝ ਦਿਸਦਾ ਨਹੀਂ ਖੇਡਾਂ ਵਿੱਚ ਜਿੰਨਾ ਮਹੱਤਵਪੂਰਨ ਨਹੀਂ ਹੁੰਦਾ ਮਹੱਤਵਪੂਰਨ ਜਿੱਤ ਦੀ ਭਾਵਨਾ ਨਾਲ ਖੇਡਣਾ ਹੁੰਦਾ ਹੈ ਖੇਡਾਂ ਵਿੱਚ ਜਿੰਨਾ ਮਹੱਤਵਪੂਰਨ ਨਹੀਂ ਹੁੰਦਾ ਮਹੱਤਵਪੂਰਨ ਜਿੱਤ ਦੀ ਭਾਵਨਾ ਨਾਲ ਖੇਡਣਾ ਹੁੰਦਾ ਹੈ ਹਰ ਸਿਆਣਾ ਪੁਰਸ਼ ਇਸਤਰੀ ਦਾ ਸਤਿਕਾਰ ਕਰਦਾ ਹੈ ਉਹ ਸਿਆਣਾ ਹੋਣ ਕਰਕੇ ਸਤਿਕਾਰ ਨਹੀਂ ਕਰਦਾ ਉਹ ਸਤਿਕਾਰ ਕਰਨ ਕਾਰਨ ਸਿਆਣਾ ਹੋ ਜਾਂਦਾ ਹੈ ਸਭ ਕੁਝ ਪ੍ਰਾਪਤ ਕਰਕੇ ਆਪਣੀ ਪਛਾਣ ਸਮੇਤ ਸਭ ਕੁਝ ਤਿਆਗ ਦੇਣਾ ਮੁਕਤੀ ਹੈ ਦੁੱਖ ਸਾਡੀਆਂ ਇਛਾਵਾਂ ਵਿੱਚੋਂ ਉੱਠਲਦੇ ਹਨ ਇਛਾਵਾਂ ਅਗਿਆਨ ਵਿੱਚੋਂ ਉਪਜਦੀਆਂ ਹਨ ਬਹਾਦਰੀ ਦਾ ਸਬੂਤ ਮੈਡਲ ਨਹੀਂ ਸਰੀਰ ਤੇ ਪਏ ਜ਼ਖਮਾਂ ਦੇ ਨਿਸ਼ਾਨ ਹੁੰਦੇ ਹਨ ਜ਼ਿੰਦਗੀ ਦੇ ਬਹੁਤੇ ਪਛਤਾਵੇ ਮਹਿਸੂਸ ਕਰਨ ਦੀ ਥਾਂ ਸੋਚਣ ਕਾਰਨ ਅਤੇ ਸੋਚਣ ਦੀ ਲੋੜ ਵੇਲੇ ਵੇਖਦੇ ਰਹਿਣ ਕਾਰਨ ਉਪਜਦੇ ਹਨ ਪਰਮਾਤਮਾ ਨੇ ਜਿਸ ਨੂੰ ਪ੍ਰਸਿੱਧ ਕਰਨਾ ਹੁੰਦਾ ਹੈ ਉਸ ਨੂੰ ਪਹਿਲਾਂ ਮਿਹਨਤ ਕਰਨ ਦਾ ਅਫਸਰ ਦਿੰਦਾ ਹੈ ਤਾਂ ਜੋ ਉਸ ਦੀ ਬੁੱਧੀ ਅਤੇ ਮਨ ਪਰਪੱਕ ਹੋ ਕੇ ਪ੍ਰਸਿੱਧੀ ਦੇ ਯੋਗ ਹੋ ਜਾਣ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਜਿਹੜੇ ਸਾਡੇ ਸਾਹਮਣੇ ਅਸਹਿਮਤੀ ਪ੍ਰਗਟਾਉਂਦੇ ਹਨ ਡਰਨ ਦੀ ਲੋੜ ਉਹਨਾਂ ਤੋਂ ਹੈ ਜਿਹੜੇ ਹੁੰਦੇ ਅਸਹਿਮਤ ਹਨ ਪਰ ਪ੍ਰਗਟਾਉਂਦੇ ਸਹਿਮਤੀ ਹਨ ਕੋਈ ਵੀ ਵਿਅਕਤੀ ਹੁਕਮ ਦਿੱਤੇ ਜਾਣਾ ਪਸੰਦ ਨਹੀਂ ਕਰਦਾ ਕੁਝ ਕੰਮਾਂ ਨੂੰ ਕਰਨ ਦਾ ਸਾਡਾ ਦਿਲ ਨਹੀਂ ਕਰਦਾ ਪਰ ਜੇ ਸਾਰੇ ਕੰਮ ਅਜਿਹੇ ਹਨ ਤਾਂ ਨੁਕਸ ਸਾਡੇ ਵਿੱਚ ਹੈ ਸਾਡੇ ਕੰਮਾਂ ਵਿੱਚ ਨਹੀਂ ਇਕੱਠਿਆਂ ਪੜਨ ਅਤੇ ਖੇਡਣ ਨਾਲੋਂ ਪਰਿਵਾਰ ਦਾ ਇਕੱਠਿਆਂ ਭੋਜਨ ਖਾਣਾ ਤੇ ਰਲ ਕੇ ਗਾਉਣਾ ਚਰਿੱਤਰ ਦੇ ਨਿਰਮਾਣ ਲਈ ਬਧੇਰੇ ਲਾਭਕਾਰੀ ਹੁੰਦਾ ਹੈ ਆਪਣੇ ਜੀਵਨ ਦਾ ਉਦੇਸ਼ ਮਿੱਥਣਾ ਸਾਡੇ ਸਿਆਣੇ ਜ਼ਿੰਮੇਵਾਰ ਅਤੇ ਭਵਿੱਖਮਈ ਹੋਣ ਦਾ ਪ੍ਰਮਾਣ ਹੁੰਦਾ ਹੈ ਜਿਹੜਾ ਵਰਤਮਾਨ ਬਾਰੇ ਸੁਚੇਤ ਨਹੀਂ ਉਹ ਤੀਤ ਤੋਂ ਜਾਣੂ ਅਤੇ ਭਵਿੱਖ ਬਾਰੇ ਵੀ ਸਪਸ਼ਟ ਨਹੀਂ ਹੋਵੇਗਾ ਜਿਨ੍ਹਾਂ ਦਾ ਨਿਸ਼ਾਨਾ ਕੇਵਲ ਧਨ ਕਮਾਉਣਾ ਹੁੰਦਾ ਹੈ ਉਹ ਹੋਰ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਹੜੀਆਂ ਸੱਚੀ ਖੁਸ਼ੀ ਅਤੇ ਤਸੱਲੀ ਦਾ ਆਧਾਰ ਹੁੰਦੀਆਂ ਹਨ ਅਮੀਰੀ ਦਿਲ ਦੀ ਹੁੰਦੀ ਹੈ ਨਾ ਕਿ ਪੈਸੇ ਦੀ ਸੁੰਦਰਤਾ ਮਨ ਦੀ ਹੁੰਦੀ ਹੈ ਨਾ ਕਿ ਚਮੜੀ ਦੀ ਬਜ਼ੁਰਗੀ ਅਕਲ ਦੀ ਹੁੰਦੀ ਹੈ ਨਾ ਕਿ ਉਮਰ ਦੀ ਜਿਨ੍ਹਾਂ ਨੂੰ ਜਸ ਦੀ ਲਾਲਸਾ ਹੁੰਦੀ ਹੈ ਉਹ ਵਿਰੋਧੀ ਆਵਾਜ਼ ਸੁਣ ਕੇ ਪਰੇਸ਼ਾਨ ਹੀ ਹੁੰਦੇ ਹਨ ਲਾਈਨ ਦਾ ਟੇਡ ਲਾਈਨ ਵਿੱਚ ਖਲੋ ਕੇ ਨਹੀਂ ਦਿਸਦਾ ਸੋਚ ਸਮਝ ਕੇ ਪਾਈਆਂ ਦੋਸਤੀਆਂ ਸਵਾਰਥ ਤੋਂ ਪ੍ਰੇਰਿਤ ਹੁੰਦੀਆਂ ਹਨ ਜਿਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਹੁੰਦਾ ਉਹ ਚੁੱਪ ਨਹੀਂ ਰਹਿ ਸਕਦੇ ਸਿਆਣਾ ਉਸ ਨੂੰ ਕਹਿੰਦੇ ਹਨ ਜਿਹੜਾ ਕਿਸੇ ਸਮੱਸਿਆ ਨੂੰ ਸੰਕਟ ਬਣਨ ਤੋਂ ਪਹਿਲਾਂ ਪਛਾਣ ਲਵੇ ਜਵਾਨੀ ਵਿੱਚ ਮਨੁੱਖ ਮੁਸੀਬਤਾਂ ਸਿਹੜਦਾ ਹੈ ਬੁਢਾਪੇ ਵਿੱਚ ਮੁਸੀਬਤਾਂ ਮਨੁੱਖ ਨੂੰ ਲੱਭਦੀਆਂ ਹਨ ਜਿਨ੍ਹਾਂ ਦੇ ਵਿਚਾਰ ਨੀਵੇਂ ਹੋਣ ਉਹਨਾਂ ਦੀ ਆਵਾਜ਼ ਉੱਚੀ ਹੁੰਦੀ ਹੈ ਪੁਰਸ਼ ਜਿਸ स्त्री ਨੂੰ ਪਿਆਰ ਕਰਦਾ ਹੈ ਉਸ ਨਾਲ ਬਹਿਸ ਨਹੀਂ ਕਰਦਾ ਅਤੇ ਜਿਸ ਨਾਲ ਬਹਿਸ ਕਰਦਾ ਹੈ ਉਸ ਨੂੰ ਪਿਆਰ ਨਹੀਂ ਕਰ ਸਕਦਾ ਕਵਿਦੀ ਕਲਾ ਉਸ ਦੇ ਦੁੱਖਾਂ ਨੂੰ ਕਲਿਆਣਕਾਰੀ ਸੋਚ ਵਿੱਚ ਬਦਲ ਦਿੰਦੀ ਹੈ ਹਰ ਇੱਕ ਨਵਾਂ ਦਿਨ ਇਸ ਆਸ ਨਾਲ ਚੜਦਾ ਹੈ ਕਿ ਅਸੀਂ ਲੰਘ ਗਏ ਦਿਨ ਤੋਂ ਕੁਝ ਤਾਂ ਚੰਗਾ ਸਿੱਖਿਆ ਹੀ ਹੋਵੇਗਾ ਜੇ ਕੋਈ ਉਦੇਸ਼ ਨਾ ਹੋਵੇ ਤਾਂ ਕਿਸੇ ਕੰਮ ਨੂੰ ਕਰਨ ਵਿੱਚ ਰੁਚੀ ਨਹੀਂ ਹੁੰਦੀ ਕੰਮ ਦੀ ਪੱਦਰ ਚੰਗੀ ਨਹੀਂ ਹੁੰਦੀ ਅਤੇ ਕੰਮ ਦਿਲਚਸਪੀ ਨਾਲ ਨਹੀਂ ਕੀਤਾ ਜਾਂਦਾ ਉਬਾਸੀ ਚੁੱਪ ਦੀ ਆਵਾਜ਼ ਵਿੱਚ ਮਾਰੀ ਗਈ ਦਹਾੜ ਹੁੰਦੀ ਹੈ ਆਪਣੀਆਂ ਗੱਲਾਂ ਨਾ ਕਰੋ ਕਿਉਂਕਿ ਤੁਹਾਡੇ ਜਾਣ ਮਗਰੋਂ ਤੁਹਾਡੀਆਂ ਗੱਲਾਂ ਹੀ ਹੋਣੀਆਂ ਹਨ ਵਸਨ ਅਤੇ ਉਜੜਨ ਦਾ ਸਭ ਤੋਂ ਵੱਧ ਤਜਰਬਾ ਟਪਰੀ ਵਾਸਾਂ ਕੋਲ ਹੁੰਦਾ ਹੈ ਕੇਵਲ ਸਮਝਦਾਰ ਬੰਦਿਆਂ ਨੂੰ ਹੀ ਸ਼ਰਮ ਆਉਂਦੀ ਹੈ ਪਿਆਰ ਪ੍ਰੇਮੀ ਅਤੇ ਪ੍ਰੇਮਿਕਾ ਦੋਹਾਂ ਨੂੰ ਸੁਦੀਵਤਾ ਦੇ ਦਰਸ਼ਨ ਕਰਾਉਂਦਾ ਹੈ ਸੂਰਜ ਅਤੇ ਪਾਣੀ ਸਾਡੇ ਜੀਵਨ ਦਾ ਆਧਾਰ ਹਨ ਭਾਰਤ ਵਿੱਚ ਇਹਨਾਂ ਦੋਹਾਂ ਦੀ ਪੂਜਾ ਹੁੰਦੀ ਹੈ ਕੇਵਲ ਕਲਾਕਾਰਾਂ ਨੂੰ ਨਿਯਮ ਤੋੜਨ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਉਹਨਾਂ ਨੇ ਕੁਝ ਨਵਾਂ ਸਿਰਜਣਾ ਹੁੰਦਾ ਹੈ ਸਿਆਣੇ ਬੰਦੇ ਸਿਆਣੇ ਹੋਣ ਕਰਕੇ بڑے ਔਖੇ ਫੈਸਲੇ ਬੜੀ ਸੋਖ ਨਾਲ ਕਰ ਲੈਂਦੇ ਹਨ ਜ਼ਿੰਦਗੀ ਦੇ ਮੁੱਢਲੇ ਸਾਲ ਬਾਕੀ ਜ਼ਿੰਦਗੀ ਦੀ ਕਿਸਮ ਦਾ ਇਰਾਦਤ ਕਰਦੇ ਹਨ ਜਿਹੜੇ ਆਪਣੇ ਆਪ ਨੂੰ ਮਹੱਤਵਪੂਰਨ ਸਮਝਦੇ ਹਨ ਉਹਨਾਂ ਨੂੰ ਪੁੱਛ ਵੇਖੋ ਕਿ ਉਹਨਾਂ ਦੇ ਚਲਾਣਾ ਕਰਨ ਨਾਲ ਸੰਸਾਰ ਨੂੰ ਕਿਹੜਾ ਕਟਾ ਪਵੇਗਾ ਜਿਸ ਪੁਰਸ਼ ਕੋਲ ਪਤਨੀ ਤੋਂ છુપائے ਭੇਤ ਨਹੀਂ ਹਨ ਉਸ ਕੋਲ ਜਾ ਤਾਂ ਭੇਤ ਹੀ ਨਹੀਂ ਹਨ ਜਬ ਪਤਨੀ ਹੀ ਨਹੀਂ ਹੈ ਪਿਆਰ ਦੇ ਖੇਤਰ ਵਿੱਚ ਸਿਆਣੇ ਅਤੇ ਮੂਰਖ ਵਿੱਚ ਕੋਈ ਅੰਤਰ ਨਹੀਂ ਹੁੰਦਾ ਉਦੇਸ਼ ਜਾਂ ਨਿਸ਼ਾਨੇ ਮਿੱਥਨ ਨਾਲ ਜੀਵਨ ਨੂੰ ਰੂਝੇਵੇਂ ਮਿਲ ਜਾਂਦੇ ਹਨ ਵਿਆਹ ਕਰਵਾਉਣ ਨਾਲ ਮਨੁੱਖ ਸੰਸਾਰ ਨੂੰ ਦੋ ਦੀ ਥਾਂ ਚਾਰ ਅੱਖਾਂ ਨਾਲ ਵੇਖਣ ਲੱਗ ਪੈਂਦਾ ਹੈ ਪਤੀ ਨੂੰ ਉਹ ਪਤਨੀ ਬਹੁਤ ਚੰਗੀ ਲੱਗਦੀ ਹੈ ਜਿਹੜੀ ਸਾਰਾ ਬਾਜ਼ਾਰ ਘੁਮਾਵੇ ਪਰ ਖਰੀਦੇ ਕੁਝ ਨਾ ਜਿਹੜਾ ਮਨੁੱਖ ਜਿਸ ਦੇਸ਼ ਵਿੱਚ ਜਨਮਿਆ ਨਾ ਹੋਵੇ ਉਸ ਲਈ ਉਸ ਦੇਸ਼ ਨੂੰ ਮਹਾਨ ਕਹਿਣਾ ਸੰਭਵ ਨਹੀਂ ਹੁੰਦਾ ਕਈ ਜੋੜੇ ਅਜਿਹੇ ਹੁੰਦੇ ਹਨ ਜਿੱਥੇ ਪਤੀ ਵਿੱਚ ਇਸਤਰੀਆਂ ਵਾਲੇ ਸਾਰੇ ਗੁਣ ਹੁੰਦੇ ਹਨ ਅਤੇ ਪਤਨੀ ਵਿੱਚ ਪੁਰਸ਼ਾਂ ਵਾਲੇ ਸਾਰੇ ਔਗਣ ਹੁੰਦੇ ਹਨ ਸਿਆਣੇ ਬੋਲਦੇ ਹਨ ਕਿਉਂਕਿ ਉਹਨਾਂ ਕੋਲ ਕਹਿਣ ਅਤੇ ਦੱਸਣ ਲਈ ਬਹੁਤ ਕੁਝ ਹੁੰਦਾ ਹੈ ਮੂਰਖ ਬੋਲਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਮੂਰਖਤਾ ਨੂੰ ਸਾਬਿਤ ਕਰਨਾ ਹੁੰਦਾ ਹੈ ਵਿਆਹ ਤੋਂ ਪਹਿਲੇ ਇਸਤਰੀ ਦੀ ਇੱਕ ਗੱਲ ਤੇ ਪੁਰਸ਼ ساری ਰਾਤ ਜਾਗਦਾ ਰਹਿੰਦਾ ਹੈ ਗਿਆ ਮਗਰ ਉਸ स्त्री ਉਡੀਕਦੀ ਹੈ ਕਿ ਉਹ ਜਾਗੇ ਤਾਂ ਜੋ ਉਹ ਇੱਕ ਗੱਲ ਕਰ ਸਕੇ। ਜੇ ਭਾਸ਼ਣ ਸੰਖੇਪ ਸੰਖੇਪ ਹੋਵੇ ਤਾਂ ਉਹ ਨੀਰ ਸੌਣ ਦੇ ਬਾਵਜੂਦ ਸਲਾਹਿਆ ਜਾਂਦਾ ਹੈ। ਭੈੜੇ ਡਾਕਟਰਾਂ ਦੀਆਂ ਗਲਤੀਆਂ ਨੂੰ ਛਪਾਉਣ ਦਾ ਕਾਰਜ ਸ਼ਮਸ਼ਾਨ ਘਾਟ ਕਰਦੇ ਹਨ। ਪੁਰਸ਼ ਵਰੋਂ ਤਾਂ ਕਿ स्त्री ਦਾ ਪਿੱਛਾ ਕਰਦਾ ਹੈ ਜਦੋਂ ਤੱਕ ਉਹ ਉਸ ਨੂੰ ਫੜ ਨਹੀਂ ਲੈਂਦੀ। ਦੂਜਿਆਂ ਦੀ ਨੀਅਤ ਉੱਤੇ ਕਿਸੇ ਵੀ ਹਾਲਤ ਵਿੱਚ ਆਪਣੀ ਨੀਅਤ ਨਾਲੋਂ ਵਧੇਰੇ ਸ਼ੱਕ ਨਹੀਂ ਕਰਨਾ ਚਾਹੀਦਾ ਸੋਹਣੀ ਇਸਤਰੀ ਅਕਸਰ ਹੀ ਰਿਸ਼ਤਿਆਂ ਦੀ ਤਿਕੋਣ ਦਾ ਹਿੱਸਾ ਹੁੰਦੀ ਹੈ ਸਵਰਗ ਵਿੱਚ ਉਹਨਾਂ ਦਾ ਹੀ ਵਿਸ਼ਵਾਸ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ ਅਖਾਣਾਂ ਮੁਹਾਵਰਿਆਂ ਵਿੱਚ ਗਰੀਬੀ ਵੰਡਾਈ ਗਈ ਹੈ ਪਰ ਅਸਲੀ ਜੀਵਨ ਵਿੱਚ ਇਹ ਬੜੀ ਦੁਖਦਾਈ ਹੁੰਦੀ ਹੈ ਸਵਾਰਥ ਅਜਿਹਾ ਵਰਤਾਰਾ ਹੈ ਜਿਹੜਾ ਅਸੀਂ ਦੂਜਿਆਂ ਵਿੱਚ ਸਹਿਣ ਨਹੀਂ ਕਰਦੇ ਤੇ ਆਪਣੇ ਵਿੱਚ ਇਸ ਦੀ ਹੋਂਦ ਤੋਂ ਜਾਣੂ ਨਹੀਂ ਹੁੰਦੇ। ਕਈ ਕੇਵਲ ਸੁੱਤੇ ਹੋਏ ਹੀ ਸਿਆਣੇ ਵਿਖਾਈ ਦਿੰਦੇ ਹਨ। ਸੁਸਤੀ ਵੀ ਧੰਨਵਾਦਮ ਹੁੰਦੀ ਹੈ। ਬੰਦਾ ਰੱਜਦਾ ਹੀ ਨਹੀਂ। अनेका ਵਿਦਿਆਰਥੀ ਕਾਲਜ ਯੂਨੀਵਰਸਿਟੀ ਵਿੱਚ ਲੈਣ ਦਾ ਗਿਆਨ ਜਾਂਦੇ ਹਨ ਪਰ ਗਿਆਨ ਤੋਂ ਸਿਵਾਏ ਸਭ ਕੁਝ ਲੈ ਆਉਂਦੇ ਹਨ। ਦੁਸ਼ਮਣ ਹੋਣੇ ਅਮੀਰੀ ਦੀ ਨਿਸ਼ਾਨੀ ਹੁੰਦੀ ਹੈ ਪਰ ਦੁਸ਼ਮਣੀ ਦਾ ਸੱਟਾ ਗਰੀਬੀ ਹੁੰਦਾ ਹੈ ਪ੍ਰਸ਼ੰਸਾ ਉਸ ਦੀ ਹੀ ਕੀਤੀ ਜਾਂਦੀ ਹੈ ਜਿਸ ਨੂੰ ਅਸੀਂ ਆਪਣੇ ਵਰਗਾ ਸਮਝਦੇ ਹਾਂ ਜਾਨੂ ਉਸ ਨੂੰ ਕਹਿੰਦੇ ਹਨ ਜਿਸ ਤੋਂ ਉਧਾਰ ਲਿਆ ਜਾ ਸਕੇ ਪਰ ਜਿਸ ਨੂੰ ਉਧਾਰ ਦਿੱਤਾ ਨਾ ਜਾਵੇ ਸਬੂਤ ਤੋਂ ਬਿਨਾਂ ਵਿਸ਼ਵਾਸ ਨੂੰ ਧਰਮ ਕਹਿੰਦੇ ਹਨ ਪੁਰਸ਼ ਕੁਝ ਗਵਾਉਣ ਦਾ ਪਛਤਾਵਾ ਕਰਦੇ ਹਨ ਇਸਤਰੀਆਂ ਕੁਝ ਨਾਂ ਮਿਲਣ ਦੀ ਸ਼ਿਕਾਇਤ ਕਰਦੀਆਂ ਹਨ ਬਚਪਨ ਦਾ ਸਭ ਤੋਂ ਮੁਸ਼ਕਲ ਸਮਾਂ ਗਲਤੀ ਕਰਨ ਅਤੇ ਦੰਡ ਮਿਲਣ ਦਾ ਵਿਚਾਰਲਾ ਸਮਾਂ ਹੁੰਦਾ ਹੈ ਪਹਾੜਾਂ ਵਿੱਚ ਸਰਦੀ ਜੁਲਾਈ ਵਿੱਚ ਮੁੱਕਦੀ ਹੈ ਅਤੇ ਅਗਸਤ ਵਿੱਚ ਸ਼ੁਰੂ ਹੋ ਜਾਂਦੀ ਹੈ ਜੇ ਪੁਰਸ਼ ਦੇ ਮਨ ਵਿੱਚ ਇਸਤਰੀ ਪ੍ਰਤੀ ਸਤਿਕਾਰ ਨਹੀਂ ਹੈ ਤਾਂ ਉਸ ਨੂੰ ਵਿਆਹ ਵਿੱਚੋਂ ਸੁੱਖ ਆਨੰਦ ਨਹੀਂ ਮਿਲੇਗਾ ਅਨੇਕਾਂ ਪੁਸਤਕਾਂ ਪਾਠਕਾਂ ਦੇ ਪਸੰਦ ਦੇ ਨੀਵੇਂ ਹੋਣ ਕਾਰਨ ਪ੍ਰਸਿੱਧ ਹੋ ਜਾਂਦੀਆਂ ਹਨ ਜੇ ਕਹਿਣ ਲਈ ਕੁਝ ਨਹੀਂ ਤਾਂ ਬੋਲੋ ਨਾ ਕਿਉਂਕਿ ਜੇ ਤੁਸੀਂ ਬੋਲੋਗੇ ਤਾਂ ਸਰੋਤਿਆਂ ਨੂੰ ਵੀ ਤੁਹਾਡੇ ਬਾਰੇ ਬੋਲਣਾ ਪਵੇਗਾ ਚੰਗੇ ਕੰਮ ਨਾਲ ਨਹੀਂ ਥਕਾਵਟ ਹਮੇਸ਼ਾ ਭੈੜੇ ਕੰਮ ਨਾਲ ਹੁੰਦੀ ਹੈ ਹਸਨ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ ਜਿਹੜੇ ਯਾਤਰਾ ਨਹੀਂ ਮੰਨਦੇ ਉਹ ਜੀਵਨ ਵਿੱਚ ਨਿਸ਼ਾਨਾ ਪ੍ਰਾਪਤ ਕਰਕੇ ਵੀ ਪ੍ਰਸੰਨ ਨਹੀਂ ਹੁੰਦੇ ਆਪਣੇ ਆਪ ਤੇ ਵਿਸ਼ਵਾਸ ਕਰੋ ਤਾਂ ਹੀ ਦੂਜਿਆਂ ਤੇ ਵਿਸ਼ਵਾਸ ਕਰ ਸਕੋਗੇ ਗੱਲਬਾਤ ਦੀ ਕਲਾ ਵਿੱਚ ਹਰ ਕਿਸੇ ਦਾ ਸਾਰੇ ਸੰਸਾਰ ਨਾਲ ਮੁਕਾਬਲਾ ਹੁੰਦਾ ਹੈ ਪੁਰਾਣਾ ਜ਼ਮਾਨਾ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਇਹ गु져 ਚੁੱਕਾ ਹੁੰਦਾ ਹੈ ਜੇ ਕੁਝ ਕਰਨ ਦੇ ਪੈਸੇ ਮਿਲਣ ਤਾਂ ਉਹ ਕੰਮ ਹੈ ਜੇ ਕੁਝ ਕਰਨ ਦੇ ਪੈਸੇ ਦੇਣੇ ਪੈਣ ਤਾਂ ਉਹ ਮਨੋਰੰਜਨ ਹੈ ਖਾਣਾ ਖਾਣ ਮਗਰੋਂ ਹਰ ਕੋਈ ਆਰਾਮ ਪਸੰਦ ਅਤੇ ਸਮਝੋਤਤਾਵਾਦੀ ਹੋ ਜਾਂਦਾ ਹੈ ਕਿਸ ਨੂੰ ਕੋਈ ਕਿਤਾਬ ਉਦਾਹਰਨਾ ਦਿਓ ਕੋਈ ਨਹੀਂ ਮੋੜਦਾ ਨਿੱਜੀ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਇਸ ਗੱਲ ਦਾ ਸਬੂਤ ਹਨ ਜਿਹੜੇ ਲੋਕ ਹਰ ਥਾਂ ਬਹਾਨੇ ਚੰਗੇ ਲਾ ਲੈਂਦੇ ਹਨ ਉਹ ਬਹਾਨੇ ਹੀ ਲਾਉਂਦੇ ਹਨ ਹੋਰ ਕੁਝ ਨਹੀਂ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ